रे रात दा जागना बहुत औखा ਤੁਹਾਡੇ ਵਾਸਤੇ ਮੈਂ ਕਲਾਮ ਸ਼ੁਰੂ ਕੀਤਾ ਉੱਚੀ ਵਾ ਨਾ ਕੋ ਸੁਭਾਨ ਅੱਲਾ ਰੇ ਰਾਤ ਦਾ ਜਾਗਣਾ ਬਹੁਤ ਔਖਾ ਇੱਕ ਜਾਗਦਾ ਯਾਰ ਦਾ ਯਾਰ ਰਾਤੀ ਯਾ ਜਾਗਦਾ ਇਸ਼ਕ ਦੀ ਮਰਜ਼ ਵਾਲਾ ਜਾਗਦਾ ਏ ਪੈਰੇਦਾਰ ਰਾਤੀ ਤੇ ਜਾਗਦਾ ਚੋਰ ਸਨ ਜਾਗਦਾ ਸਖਤ ਬਿਮਾਰ ਰਾਤੀ ਵਾਰਸ ਸ਼ਾ ਸਾਰੇ ਸੌ ਜਾਂਦੇ ਜਾਗਦੇ ਪਰਵਰ ਦਿਗਾਰ ਰਾਤੀ ਵਾਰਸ ਸ਼ਾ ਸਾਰੇ ਸੌ ਜਾਂਦੇ ਜਾਗਦੇ ਪਰਵਰ ਦਿਗਾਰ ਰਾਤੀ ਨਾਰਾਏ ਤਕਬੀਰ ਅੱਲਾਹੁ ਅਕਬਰ ਨਾਰਾਏ ਰਸਾਲਤ ਨਾਰਾਏ ਤਹਕੀਕ ਨਾਰਾਏ ਹੈਦਰੀ ਨਾਰਾਏ ਗੌਸੀਆ ਅਸਤਾਨਾ ਲੀਆ ਬੌਕਨ ਸ਼ਰੀ ਔਰ ਆ ਫਰਮਾਉਂਦੇ ਨੇ ਅਲਫ ਕਿਆਰੀ ਸੱਚੇ ਰੱਬ ਜਿਸ ਦੇ ਵਿੱਚ ਹਕੀਕਤਾਂ ਸਾਰੀਆਂ ਨੇ ਤੇ ਗੌਸ ਪਾਕ ਜਿਆਲਾ ਹਜ਼ੂਰ ਗੌਸ ਪਾਕ ਦੇ ਨਾਵਾਂ ਤੇ ਜ਼ਰਾ ਉੱਚੀ ਬਣਾ ਕੇ ਸੁਭਾਨ ਅੱਲਾ ਜ਼ਰਾ ਔਰ ਬੁਲੰਦ ਵਾ ਤੁਸੀਂ ਵੀ ਜ਼ਰਾ ਆਖੋ ਸੁਭਾਨ ਅੱਲਾ ਗੌਸ ਪਾਕ ਜਿਆਲਾ ਪੀਰ ਕੋਈ
ਛਿਲਣਾ ਟੁੱਪੀਆਂ ਬੇੜੀਆਂ ਤਾਰੀਆਂ ਗੌਸ ਪਾਕ ਬੋਲੋ ਜ਼ਰਾ ਗੌਸ ਪਾਕ ਜਿਆਲਾ ਪੀਰ ਕੋਈ ਜਿਲਣਾ ਡੁੱਬੀਆਂ ਬੇੜੀਆਂ ਤਾਰੀਆਂ ਨੇ ਵਾਰਸ ਸ਼ਾ ਮੀਆਂ ਕਰ ਨਮਾਜ਼ ਰੋਜ਼ਾ ਅੱਗੇ ਮੁਸੀਬਤਾਂ ਪਾਰੀਆਂ ਨੇ ਨਾਰਾ ਤਕਬੀਰ ਨਾਰਾਏ ਰਸਾਲੇ ਨਾਰਾਏ ਤਹਕੀਕ ਨਾਰਾਏ ਹੈਦਰੀ ਅਸਤਾਨਾ ਲਿਆ ਬੌਂਕਣ ਸ਼ਰੀਫ ਜਵਾਨੀ ਤੋਬਾ ਕਰਦਨ ਸੇਵਾ ਏ ਪੈਗੰਬਰੀ ਸੁਭਾਨ ਅੱਲਾ ਅੱਲਾ ਤੁਹਾਡੀਆਂ ਜਵਾਨੀਆਂ ਸਲਾਮਤ ਰੱਖੇ ਔਰ ਨਬੀ ਦੇ ਇਸ਼ਕ ਵਾਲੀਆਂ ਜਵਾਨੀਆਂ ਔਰ ਅੱਲਾ ਪਾਕ ਨਸੀਬ ਫਰਮਾਏ ਦਰ ਜਵਾਨੀ ਤੋਬਾ ਕਰਦਨ ਸੇਵਾ ਏ ਪੈਗੰਬਰੀ ਵਕਤ ਪੀਰੀ ਗੁਰਗੇ ਜ਼ਾਲਮ ਈਸ਼ਵਰ ਪ੍ਰੇਸਗਾਰ ਬੁੱਢਿਆਂ ਤੇ ਪਗਿਆੜ ਵੀ ਤੋਬਾ ਪਿਆ ਕਰਦਾ ਕਿ ਹੁਣ ਸ਼ਿਕਾਰ ਨਹੀਂ ਕਰ ਸਕਦਾ ਕਿਸੇ ਨੂੰ ਕਿਸੇ ਦੀ ਜਾਨ ਨਹੀਂ ਲੈ ਸਕਦਾ ਲੇਕਿਨ ਜਵਾਨੋ ਤੁਹਾਨੂੰ ਮੁਬਾਰਕ ਹੋ ਤੁਹਾਨੂੰ ਰਸੂਲ ਅੱਲਾ ਦੇ ਦੀਨ ਦੀ ਔਰ ਅੱਲਾ ਮੁਹੱਬਤ ਨਸੀਬ ਫਰਮਾਏ ਸਮਾਤ ਫਰਮਾਓ ਚੋਈ ਅਕਰਮ ਸਾਹਿਬ ਬੜੀ ਮੁਹੱਬਤ ਨਾਲ ਤਵੱਜੋ ਚਾਹੁੰਦਾ ਸਾਬਰੀ ਸਾਹਿਬ ਕਿਬਲਾ ਅੱਲਾਹੁ ਅਕਬਰ ਬਿਲਖਸੂਸ ਤੁਹਾਡੀ ਸਮਾਤਾਂ ਦੀ ਨਜ਼ਰ ਕਰਦੇ ਹੋਇਆ ਪੂਰੀ ਮਜਲਿਸ ਨੂੰ ਪੇਸ਼ ਕਰਦਾ ਲਿਖਿਆ ਅੱਜ ਬੰਦਾ ਕੰਮ ਕਰਦਨ ਮਨੀ ਅਰਨਿੰਗ ਕਰਨ ਵਾਸਤੇ ਹਰ ਜਾਇਜ਼ ਨਾਜਾਇਜ਼ ਐਫਰਟ ਨੂੰ ਬਜਾਰ ਬਲਕਿ ਐਵਰੀ ਤਰੀਕੇ ਨਾਲ ਲੱਗਿਆ ਹੋਇਆ ਲੇਕਿਨ ਸੰਗਿਓ ਜਿਤਨਾ ਮਰਜ਼ੀ ਕਰ ਲਓ ਦੁਆ ਕਰੋ ਅੱਲਾਹ ਹਲਾਲ ਦਾ ਔਰ ਲੁਕਮਾ ਤਾ ਫਰਮਾਏ ਐਸੀ ਮਜਲਿਸ ਵਿੱਚ ਐਸਾ ਪੈਗਾਮ ਦੇਣਾ ਚਾਹੁੰਦਾ ਸਮਾਤ ਫਰਮਾਓ ਲਿਖਿਆ ਲੇਖਾਂ ਵਿੱਚ ਅਜ਼ਲ ਤੋਂ ਜੋ ਸਾਡੇ ਯਾਨੀ ਮੌਤ ਦਾ ਨਗਾਰਾ ਜਿਸ ਵੇਲੇ ਆ ਗਿਆ ਸੱਦਾ ਆਇਆ ਤੇ ਬੁਗਲਾ ਮਾਰ ਡੁਲਨਾ ਨਾ ਕੁਝ ਤੂੰ ਕਹਿਣਾ ਨਾ ਮੈਂ ਮੈਂ ਰਹਿਣਾ
ਉਰਦੂ ਦਾ ਇੱਕ ਕਲਾਮ ਉਹਦੇ ਤਿੰਨ ਸ਼ੇਰ ਉਸ ਤੋਂ ਬਾਅਦ ਹਜ਼ਰਤ ਮੀਆਂ ਸਾਹਿਬ ਰਹਿਮਤੁੱਲਾਹ ਤਾਲਾ ਦੇ ਪੰਜ ਸ਼ੇਰ ਪੜ੍ਹ ਕੇ ਮੈਂ ਆਪਣੀ ਹਾਜ਼ਰੀ ਨੂੰ ਕਲੋਜ਼ ਕਰਦਾ ਔਰ ਖਤਮ ਕਰਦਾ ਸਮਾਤ ਫਰਮਾਓ ਔਰ ਮੇਰੇ ਨਾਲ ਮਿਲ ਕੇ ਅਕਰਮ ਮਿਨਾਸ ਸਾਹਿਬ ਸਾਰੇ ਸੰਗੀ ਮੇਰੇ ਨਾਲ ਰਲ ਕੇ ਹਜ਼ੂਰ ਦੀ ਬਾਰਗਾਹ 'ਚ ਇਸਤਗਾਸਾ ਕਰਨੇ ਆ ਸੈਯਦ ਅਲਤਾਫ ਸ਼ਾਹ ਦਾ ਲਿਖਿਆ ਕਲਾਮ ਹਮ ਹੈ ਇਸ ਵਕਤ ਵਕਤ ਹੈ ਮੀਆਂ ਸਾਹਿਬ ਵਰਮਾ ਨੇ ਪਿਛਲੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾ ਬਖਸ਼ਿਸ਼ ਮੰਗਣ ਵਾਲਿਆਂ ਤਾਈਂ ਖੁੱਲ੍ਹਾ ਹੈ ਦਰਵਾਜ਼ਾ ਜ਼ਰਾ ਬੁਲੰਦ ਆਵਾਜ਼ ਨਾਲ ਮਿਲ ਕੇ ਹਮ ਹੈ ਇਲਤਜਾਵਾਲੇ ਆਪ ਹੈ ਅਤਾਵਾਲੇ ਹਮ ਹੈ ਮਿਲ ਕੇ ਜ਼ਰਾ ਮਿਲ ਕੇ ਆਵਾਜ਼ ਆਈ ਹਮ ਹੈ ਇਲਤਜਾਵਾਲੇ ਆਪ ਹੈ ਅਤਾਵਾਲੇ ਹਮ ਹੈ ਇਲਤਜਾਵਾਲੇ ਹਮ ਹੈ ਇਲਤਜਾਵਾਲੇ ਅਕਯਾਪ ਹੈ ਅਤਾਵਾਲੇ ਠੀਕ ਕੁਛ ਅਤਾ ਬੀਕ ਕੁਛ ਅਤਾ ਕਰਨਾ ਹੈ ਮੇਰੇ ਸਹਾਵਾਲੇ ਹਮ ਹੈ ਇਲਤਜਾਵਾਲੇ ਔਰ ਸ਼ਾਹ ਸਾਹਿਬ ਕੀ ਪੂਰੀ ਤਕਰੀਰ ਸ਼ਾਹ ਸਾਹਿਬ ਕੇ ਇੱਕ ਸ਼ੇਰ ਮੈਂ ਪੇਸ਼ ਕਰਤਾ ਹੂੰ ਛੇੜਨਾ ਹਮੇ ਦੁਨੀਆ ਬੋਲੋ ਛੇੜਨਾ ਹਮੇ ਦੁਨੀਆ ਹਮ ਹੈ ਮੁਸਤਫਾ ਵਾਲੇ ਛੇੜਨਾ ਹਮੇ ਦੁਨੀਆ ਜੋ ਮੁਸਤਫਾ ਵਾਲਾ ਵੋ ਬੁਲੰਦ ਵਸੇ ਕਹੇਗਾ ਛੇੜਨਾ ਹਮੇ ਦੁਨੀਆ ਹਮ ਹੈ ਮੁਸਤਫਾ ਸੈਯਦੁਲ ਬਰਾ ਵਾਲੇ ਸ਼ਾਹੇ ਤੋ ਸਰਾ ਵਾਲੇ ਸੈਯਦੁਲ ਬਰਾ ਵਾਲੇ ਸ਼ਾਹੇ ਤੋ ਸਰਾ ਵਾਲੇ ਹਮ ਹੈ ਇਲਤਜਾਵਾਲੇ ਔਰ ਨਾਤ ਕਾ ਆਖਰੀ ਸ਼ੇਰ ਨਵਾਸਾ ਹਜ਼ੂਰ ਕੀ ਬਾਰਗਾਹ ਮੈਂ ਇਬਨ ਮੁਰਤਜ਼ਾ ਨੇ ਕਹਾ ਇਬਨ ਮੁਰਤਜ਼ਾ ਨੇ ਕਹਾ ਸੁਣ ਸ਼ਿਮਲ ਜਫਾ ਵਾਲੇ ਇਬਨ ਮੁਰਤਜ਼ਾ ਨੇ ਕਹਾ ਸੁਣ ਸ਼ਿਮਲ ਜਫਾ ਆਪਣਾ ਬੋਲੋ ਨਾਨਾ ਹੈ ਨਬੀ ਆਪਣਾ ਹਮ ਹੈ ਕਰ ਬਲਾ ਵਾਲੇ ਨਾਨਾ ਹੈ ਨਬੀ ਆਪਣਾ ਦੋਏ ਰੁੱਖ ਜ਼ਮੀਨ ਤੇ ਉੱਗਦੇ ਨੇ ਕੋਈ ਅੰਬ ਤੇ ਕੋਈ ਬਕੈਣ ਹੁੰਦਾ ਕੋਈ ਮਰਦ ਜ਼ਮਾਨੇ ਲਈ ਆਰ ਹੁੰਦਾ ਕੋਈ ਜ਼ਿੰਦਗੀ ਦਾ ਨਸਬੁਲ ਐਨ ਹੁੰਦਾ ਕੋਈ ਦੁੱਖ ਹੁੰਦਾ ਸਿਰ ਤੂੰ ਪੈਰ ਤਿਕਲ ਸਿਰ ਤੂੰ ਪੈਰ ਤਿਕਲ ਕੋਈ ਚੈਨ ਹੁੰਦਾ ਜਿਹੜਾ ਤਖਤ ਬਚਾਵੇ ਉਹ ਯਜ਼ੀਦ ਹੁੰਦਾ ਜਿਹੜਾ ਦੀਨ ਬਚਾਵੇ ਉਹ ਹੁਸੈਨ ਹੁੰਦਾ ਨਾਨਾ ਹੈ ਨਬੀ ਆਪਣਾ ਬੋਲੋ ਨਾਨਾ ਹੈ ਨਬੀ ਆਪ ਜਿਹੜਾ ਤਖਤ ਬਚਾਵੇ
ओ यजीद होंदे जेड़ा दीन बचावे ओ हुसैन होंदे नाना है नबी अपना हम हैं करबला वाले गला नाल ते हर कोई लाई फिर दे लाके तोड़न बाणिया औखिया ने असगर हथां दे विच खुआ देना नाले पाए कठानिया औखिया ने सिर चाड़ के नेजे दी नोक उते चाथियां यार दे बुए ते पानिया औखिया ने टाइम अकबर जवान दी लाश उते हंजू ना बगानिया औखिया ने नाना है नबी अपना बोलो नाना है नबी अपना हम हैं करबला वाले हम हैं इल्तजा वाले। और आखर ते पंच शेर हुजूर अरफे बिल्ला कुश्ता इश्के रसूल हजरत मियां मोहम्मद बख्श रहमतुल्लाह ताला ताकि मैं अपने मेहमान दे दरमियान ज्यादा देर हायल न रवा इस वक्त मैं इख्तसार निकलूँ। चोई साहब ने मैनु खुला टाइम अता फरमाया लेकिन मैं अपने मेहमाना का कदर करने वाला माशाल्लाह डिस्ट्रिक्ट गुजरात का यह वतीर है कि वह अपने परावणिया का अपने मेहमाना का ख्याल रखते हैं और इज्जत करते हैं कदर करते हैं। और एक बार इधर उच्ची आवाज़ ना बोलो सुभान अल्लाह स्वाद नहीं आया तुसी भी जिंदा लोग उच्ची आवाज़ ना बोलो सुभान अल्लाह। मजलस नू पैगाम हजूर मियां साहब दा अब फरमा देने सोनी शकल ते ओ जरा बुलंद आवाज से बोलिए सुभान अल्लाह जरा एक मरतबा हाथ खड़े करके बोलिए सुभान अल्लाह ताकि आप दी सुस्ती ले जाए जरा जवानी आ जाए जवानियां विच और जरा बुलंद आवाज ना बोलो सुभान अल्लाह। आप फरमा देने सोनी शकल ते सोनी शकल ते आशक होना जिसे शकल बनाई हुई आशिक हो तो उस सोने दा जिसे शकल बनाई
ਤੇ ਫਰਮਾ ਦੇਨੇ ਕਚਾਰੰਗ ਕਚਾਰੰਗ ਲਲਾਰੀ ਰੰਗ ਲਲਾਰੀ ਵਾਲਾ ਚੜਦਾ ਲੈਂਦਾ ਰਹਿੰਦਾ ਇਸ਼ਕ ਤੇਰੇ ਮੁਹੰਮਦ ਚੜਿਆ ਕਦੇ ਨਹੀਂ ਲੈਂਦਾ ਇਸ਼ਕ ਤੇਰੇ ਦਾ ਰੰਗ ਮੁਹੰਮਦ ਚੜਿਆ ਕਦੇ ਨਹੀਂ ਲੈਂਦਾ ਔਰ ਸੈਕਿੰਡ ਲਾਸਟ ਸ਼ੇਰ ਹਜ਼ੂਰ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਨਵਾਸ਼ ਹਜ਼ੂਰ ਦੀ ਬਾਰਗਾਹ 'ਚ ਆਪਣਾ ਅਕੀਦਤ ਔਰ ਆਪਣੀ ਨਿਆਜ਼ਮੰਦੀ ਪੇਸ਼ ਕਰਦੇ ਨੇ ਆ ਫਰਮਾਉਂਦੇ ਨੇ ਹੋ ਦੇ ਕੁਵਤ ਪੂਰੀ ਮਜਲਸ ਨੂੰ ਪੈਗਾਮ ਯਾਨੀ ਤਾਕਤ ਆਉਂਦੀ ਆ ਮਾਫ਼ ਕਰੋ ਕਿਸੇ ਨੂੰ ਅਤੇ ਫਿਰ ਅੱਲਾਹ ਤਾਲਾ ਦੀਆਂ ਰਹਿਮਤਾਂ ਵੇਖੋ ਸੁਬਹਾਨ ਅੱਲਾਹ ਆ ਫਰਮਾਉਂਦੇ ਨੇ ਹੋ ਦੇ ਕੁਵਤ ਕੋਤ ਜ਼ੋਰ ਨਾ ਲਾਇਆ ਦੇਖੋਤ ਦੇਖੋਤ ਜ਼ੋਰ ਨਾ ਲਾਇਆ ਦੀਨ ਦੁਨੀ ਦੇ ਸਾਈ ਔਰ ਆਖਰੀ ਸ਼ੇਰ ਆ ਫਰਮਾਉਂਦੇ ਨੇ ਇਸ ਦੁਨੀਆ ਤੇ ਅੱਲਾਹੁ ਅਕਬਰ ਜਿਤਨੇ ਦੁਨੀਆ ਦੇ ਦੁੱਖ ਨੇ ਸਾਹਮਣੇ ਰੱਖ ਲਓ ਹਜ਼ੂਰ ਅਰਫ ਬਿੱਲਾ ਦਾ ਸ਼ੇਰ ਸੁਣੋ ਦੁੱਖਾਂ ਦਾ ਮਦਾਵਾ ਸੁਬਹਾਨ ਅੱਲਾਹ ਆ ਫਰਮਾਉਂਦੇ ਨੇ ਇਸ ਦੁਨੀਆ ਤੇ ਕਿਬਲਾ ਸ਼ਾਹ ਸਾਹਿਬ ਆਪ ਦੀ ਸਮਾਤਾਂ ਦੀ ਨਜ਼ਰ ਕਰਦਾ ਆ ਫਰਮਾਉਂਦੇ ਨੇ ਇਸ ਦੁਨੀਆ ਤੇ ਜਿਸ ਦੁੱਖ ਨਾ ਪਾਇਆ ਕਿਵੇਂ ਯਾਰ ਮਨਾਇਆ ਪੁੱਛ ਬਲਾਲ ਅਵੈਸ ਦੇ ਕੋਲੋ ਕਿਵੇਂ ਯਾਰ ਮਨਾਇਆ ਸਦਾ ਬਹਾਰ ਚੋਈ ਅਕਰਮ ਸਾਹਿਬ ਵਾਸਤੇ ਉਹਨਾਂ ਦੀ ਸਾਰੀ ਟੀਮ ਵਾਸਤੇ ਜਿਹੜੇ ਮੈਂ ਕੋਲ ਸੁਣਨ ਵਾਸਤੇ ਆਏ ਹੋ ਸੁਣਾਉਣ ਵਾਸਤੇ ਆਏ ਹੋ ਸਭ ਵਾਸਤੇ ਦੁਆ ਮੰਗਦਾ ਸਦਾ ਬਹਾਰ ਦੇ ਇਸ ਬਾਗੇ ਕਦੇ ਖਜ਼ਾਨਾ ਆਵੇ ਸਦਾ ਬਹਾਰ ਦੇ ਇਸ ਬਾਗੇ ਕਦੇ ਖਜ਼ਾਨਾ ਆਵੇ ਹੋਵਣ ਫੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ ਖਾਵੇ ਯਾਰ ਜ਼ਿੰਦਾ ਸੁਬਤ ਬਾਕੀ ਅਸਲਾਮੁ ਅਲੈਕੁਮ।